ਦੁੱਗ ਬਿੱਕਾਂ ਹੋਏ ਪੁੱਛਦੇ ਸੀਗੇ ਵੀ ਆਪਣੇ ਜੀਭ ਖੁਸ਼ਕ ਜੀ ਰਹਿੰਦੀ ਹੈ, ਫਟੀ ਜੀ ਹੈਗੀ, ਉਹ ਆਪਣੇ ਸ਼ਾਇਦ ਸੌਗੀ ਜਿਹੜੀ ਹੁੰਦੀ ਹੈ ਆਪਣੇ ਸੌਗੀ ਨੂੰ ਆਪਣੇ ਉਹਦੀ ਚਟਨੀ ਜੀ ਬਣਾ ਲੈਣੀ ਸ਼ਹਿਦ ਦੇ ਵਿੱਚ ਮਾਂ ਪਾ ਕੇ, ਜਦ ਪੇਸਟ ਜਿਹਾ ਬਣ ਗਿਆ ਉਹ ਜੀਭ ਤੇ ਲਗਾਓ, ਉਹਦੇ ਨਾਲ ਥਾਰੀ ਜੀਭ ਆਪਣੇ ਜਿਹੜੀ ਖੁਸ਼ਕ ਹੁੰਦੀ ਹੈ ਉਹ ਠੀਕ ਹੋ ਜੂਗੀ। ਜੇ ਥਾਰੀ ਫਟੀ ਵੀ ਹੈਗੀ ਜੀਭ ਤਾਂ ਤੁਸੀਂ ਆਪਣੇ ਨਾਰੀਅਲ ਜਿਹੜਾ ਹੁੰਦਾ ਨਾਰੀਅਲ ਦੀ ਟੁਕੜਾ ਮੂੰਹਾਂ ਪਾ ਕੇ ਮਿਸ਼ਰੀ ਪਾ ਕੇ ਉਹ ਹੌਲੀ ਹੌਲੀ ਚੱਬਦੇ ਰਹੋ, ਉਹਦੇ ਨਾਲ ਠੀਕ ਹੋ ਜੂਗੀ। ਜਾਂ ਫਿਰ ਤੁਸੀਂ ਜੀਭ ਤੇ ਗਲੀਸਰੀਨ ਵੀ ਲਗਾ ਸਕਦੇ ਹੈਗੇ। ਜੇ ਜੀਭ ਤੁਹਾਨੂੰ ਕਹਿੰਦੇ ਪੱਕੀ, ਜੇ ਪੱਕੀ ਵੀ ਹੋਈ ਜੀਭ ਪੱਕੀ ਵੀ ਜਿਸ ਤਰ੍ਹਾਂ ਦੀ, ਤਾਂ ਤੁਸੀਂ ਸੁਹਾਗਾ, ਠੀਕਰੀ, ਨਿਸ਼ਾਦਰ, ਸੌਂਤ, ਫਟਕੜੀ ਇਹ ਥੋੜੀਆਂ ਥੋੜੀਆਂ ਆਪਣੇ ਅੰਦਾਜ਼ੇ ਨਾਲ ਲੈ ਲਈ ਬਰਾਬਰ ਬਰਾਬਰ ਲੈਣੀਆਂ ਚੀਜ਼ਾਂ, ਫਿਰ ਗਲੀਸਰੀਨ ਦੇ ਵਿੱਚ ਮਿਕਸ ਕਰਕੇ ਥੋੜੀ ਗਲੀਸਰੀਨ ਪਾ ਕੇ ਜਦ ਲਿਕੁਇਡ ਜਿਹਾ ਬਣ ਗਿਆ ਉਹਦੇ ਨਾਲ ਤੁਸੀਂ ਆਪਣੇ ਜੀਭ ਤੇ ਲਗਾਓ ਡੱਕੇ ਨਾਲ, ਉਹਦੇ ਨਾਲ ਥੋੜੀ ਠੀਕ ਹੋ ਜੂ। ਜਿਹੜੇ ਹੱਥ ਕੰਬ ਦੇ ਕਹਿੰਦੇ ਸੀਗੇ ਜੀ ਆਪਣੇ, ਇਹ ਮੈਂ ਪੜ੍ਹਿਆ ਸੀਗਾ ਜੀ, ਇੱਕ ਡਾਕਟਰ ਨੇ ਲਿਖਿਆ ਵਾ, ਉਹ ਕਹਿੰਦਾ ਜੀ ਥੋੜੇ ਜੇ ਨੂਨ ਦੀ ਕਮੀ ਹੋਵੇ ਤਾਂ ਵੀ ਥੋੜੇ ਹੱਥ ਕੰਬ ਸਕਦੇ ਹੈਗੇ, ਜੇ ਤਾਂ ਤੁਹਾਡਾ ਨੂਨ ਥੋੜਾ ਜਿਹਾ ਜ਼ਿਆਦਾ ਖਾ ਕੇ ਦੇਖ ਲਵੇ, ਉਹ ਤਾਂ ਕੋਈ ਵਿਗਾੜ ਤਾਂ ਹੈ ਨਹੀਂ ਥੋੜਾ ਜਿਹਾ ਨੂਨ, ਉਹ ਤੁਸੀਂ ਨੂਨ ਦੀ ਸਕੰਜਵੀ ਜੀ ਬਣਾ ਕੇ ਉਹ ਪੀ ਸਕਦੇ ਹੈ, ਉਹ ਟਰਾਈ ਕਰਕੇ ਦੇਖ ਲਵੇ ਵੀਕ ਦੋ ਵੀਕਾਂ। ਜਿਹੜੇ ਹੱਥਾਂ ਨਾਲ ਕਹਿੰਦੇ ਸੀਗੇ ਸੇਕ ਨਿਕਲਦਾ ਹੈਗਾ ਉਹ ਜੈਸਮੀਨ ਆਇਲ ਦੀ ਮਾਲਿਸ਼ ਕਰੇ ਜੀ, ਉਹਦੇ ਨਾਲ ਠੀਕ ਹੋ ਜੂਗਾ। ਜਿਵੇਂ ਚਮੇਲੀ ਦਾ ਤੇਲ ਵੀ ਕਹਿੰਦੇ ਆ ਪੰਜਾਬੀ ਚ ਜੀ, ਜੈਸਮੀਨ ਆਇਲ ਸਟੋਰਾਂ ਚ। ਜਿਹੜਾ ਕਹਿੰਦੇ ਸੀਗੇ ਉਹਨੇ ਕਿਡਨੀ ਕਮਜ਼ੋਰ ਹੈਗੀ, ਉਹ ਤਾਂ ਉਹਨੇ ਤਾਜ਼ੇ ਜਾਂ ਵਾਥੂ ਅੱਜ ਕੱਲ੍ਹ ਹੁੰਦਾ ਹੀ ਬਥੇਰਾ, ਵਾਥੂ ਦਾ ਜੂਸ ਕੱਢ ਲਵੇ ਥੋੜਾ ਜਿਹਾ ਅੱਧਾ ਕੁ ਕੱਪ, ਤੇ ਵਿੱਚੋਂ ਤਿੰਨ ਚਾਰ ਚਮਚੇ ਔਲੇ ਦਾ ਰਸ, ਇੱਕ ਚੁਟਕੀ ਵਿੱਚੋਂ ਸੁੰਡ, ਇਹ ਮਿਕਸ ਕਰਕੇ ਲੱਗ ਜਾਵੇ ਵੀ, ਨਹੀਂ ਤਾਂ ਨਾਲ ਥੋੜੀ ਕਿਡਨੀਆਂ ਜਿਹੜੀਆਂ ਕਮਜ਼ੋਰ ਹੈ ਉਹ ਠੀਕ ਹੋ ਜਾਂਦੀਆਂ, ਗਲੇ ਦੇ ਨਾਲ ਜਿਹੜੀ ਪਿਸ਼ਾਬ ਦੀ ਥੈਲੀ ਹੁੰਦੀ ਹੈ ਉਹਦੀ ਵੀ ਸਫਾਈ ਸਫੂਈ ਹੋ ਜਾਂਦੀ ਹੈਗੀ ਨਾਲ ਇਹਦੇ ਵਿੱਚ। ਜਿਹੜੇ ਅੱਗੇ ਪਿਸਦੇ ਸੀਗੇ ਕੰਨ ਦਾ, ਕਹਿੰਦੇ ਸੀਗੇ ਕੰਨ ਦੇ ਵਿੱਚੋਂ ਇਨਫੈਕਸ਼ਨ ਹੈਗੀ, ਉਹ ਤਾਂ ਉਹਨੇ 50 ਗ੍ਰਾਮ ਤੁਸੀਂ ਸਰੋਂ ਦਾ ਤੇਲ ਲੈ ਲਓ, 5 ਗ੍ਰਾਮ ਵਿੱਚਵਾਂ ਰਤਨ ਜੋਤ, ਉਹ ਪਾ ਕੇ ਤੁਸੀਂ ਆਪਣੇ ਤਾੜ ਲੈਣੀ ਹੈ, ਜਿਸ ਤਰ੍ਹਾਂ ਆਪਾਂ ਤੜਕਾ ਲਗਾਉਂਦੇ ਹਾਂ ਐਂ ਤਾੜ ਲੈਣੀ ਹੈ, ਉਹ ਜਦ ਐਂ ਸਾਰੀ ਲੋਅ ਹੀਟ 'ਤੇ ਰੱਖਣੀ ਹੈਗੀ, ਵੀ ਮੀਡੀਅਮ 'ਚ ਬਾਹਲੀ ਹਾਈ ਨਾ ਹੀਟ ਕਰੀਏ ਗਿੱਠੀ ਦੀ, ਅਤੇ ਉਹ ਭੇਜਾ ਸਾਰਾ ਰੰਗ ਜਿਹਾ ਉਹਦੇ ਵਿੱਚਵਾਂ ਆ ਗਿਆ ਰਤਨ ਜੋਤ ਦਾ, ਉਹ ਤੁਸੀਂ ਭੁਣ ਕੇ ਸ਼ੀਸ਼ੀਵਾਂ ਪਾ ਲਓ ਇੱਕ 'ਚ, ਅਤੇ ਇੰਨੀ ਬਣਾਉਣੇ ਕੀ ਲੋੜ ਨਹੀਂ ਹੈਗੀ, ਤਾਂ 5 ਕੁ ਗ੍ਰਾਮ ਹੀ ਬਹੁਤ ਹੋਊਗਾ, ਇੱਕ ਚੁਟਕੀ ਤੁਸੀਂ ਰਚਨ ਜੋਤ ਦੀ ਪਾ ਲਈਓ, 5 ਕੁ ਗ੍ਰਾਮ ਸਰੋਂ ਦਾ ਤੇਲ ਪਾ ਲਈਓ, ਇੰਨੀ ਤਾਂ ਕੀ ਕਰਨੀ, 50 ਗ੍ਰਾਮ ਟੂ ਮੱਚ ਹੋ ਜੂਗੀ, ਇਹ ਤੁਸੀਂ 2-2-3-3 ਬੰਦਾ ਤੁਸੀਂ ਆਪਣੇ ਪਾਈ ਚੱਲੀਓ, ਇਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਕੰਨ ਦੀ ਠੀਕ। ਨਹੀਂ ਤਾਂ ਤੁਸੀਂ ਮਾਜੂ ਹੁੰਦਾ ਜਿਹੜਾ ਮਾਜੂ, ਉਹ ਤੁਸੀਂ ਲੈਣਾ ਹੈਗਾ ਆਪਣੇ 3 ਕੁ ਗ੍ਰਾਮ ਮਾਜੂ ਲੈ ਲਈਓ, ਉਹਨੂੰ ਪੀ ਕੇ ਕਪੜ ਛਾਣ ਕਰ ਲੈਣਾ ਹੈਗਾ, ਫਿਰ ਤੁਸੀਂ ਆਪਣੇ 20-25 ਗ੍ਰਾਮ ਆਪਣੇ ਲੈਣੀ ਹੈਗੀ ਸ਼ਰਾਬ, ਕੋਈ ਵਧੀਆ ਜਿਹੀ ਸ਼ਰਾਬ ਲੈ ਕੇ ਉਹਦੇ ਵਿੱਚ ਮੈਂ ਮਾਜੂ ਮਿਕਸ ਕਰ ਲੈਣਾ, ਉਹਦੀਆਂ ਫਿਰ 2-2-3-3 ਬੰਦਾ ਤੁਸੀਂ ਕੰਨ ਮਾ ਪਾਓ, ਉਹਦੇ ਨਾਲ ਸਾਰੀ ਜਿਹੜੀ ਕੰਨਾਂ ਦੇ ਪੀਕ ਪੂਕ ਜਾਂ ਕੋਈ ਇਨਫੈਕਸ਼ਨ ਹੈਗੀ ਉਹ ਦੂਰ ਹੋ ਜੂਗੀ।